ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਧਰਮਾ ਹਰਿਓ ਰੰਗ ਪੰਜਾਬ ਦੇ ਯੂਟਿਊਬ ਚੈਨਲ ਤੋਂ। ਸੋ ਅੱਜ ਅਸੀਂ ਇੱਕ ਪੰਜਾਬ ਦਾ ਉਹ ਰੰਗ ਪੇਸ਼ ਕਰਨ ਜਾ ਰਹੇ ਹਾਂ ਤੁਹਾਡੇ ਸਾਹਮਣੇ, ਜਿਸ ਦੇ ਵਿੱਚ ਪੰਜਾਬੀ ਲੋਕ ਗਾਥਾ ਹਰ ਫੂਲ ਡਾਕੂ ਦੀ ਗੱਲ ਜੋ ਕਰਨਗੇ ਸਾਡੇ ਹੀ ਮੇਰੇ ਹੀ ਪਿੰਡ ਤੋਂ, ਹਰਿਆਓ ਪਿੰਡ ਤੋਂ ਨੇ ਸਾਡੇ ਬਜ਼ੁਰਗ ਪੰਡਿਤ ਜੀ, ਪੰਡਿਤ ਪ੍ਰਕਾਸ਼ ਰਾਮ ਜੀ। ਆਓ ਆਪਾਂ ਉਹਨਾਂ ਤੋਂ ਕਿੱਸਾ ਸੁਣਦੇ ਹਾਂ ਹਰ ਫੂਲ ਡਾਕੂ। ਹਰਫੂਲ ਭਾਈ ਕਹਿੰਦਾ ਜ਼ਿਮੀਂਦਾਰ ਦਾਤਾ ਰਾਮ ਜ਼ਿਮੀਂਦਾਰ ਉਹ ਮਰ ਗਈ, ਉਹਦੀ ਤੀਵੀਂ ਕਹਿੰਦਾ ਭਾਈ ਬੜਾ ਦੁੱਖ ਹੁੰਦਾ, ਗੋਹਾ ਕੂੜਾ ਪਟੋਮਦਾ, ਰੋਟੀ ਪੱਕਦੀ ਨਾ ਬਣਦੀ ਨਾ ਦਾਲ ਜੀ, ਤੁਹਾਨੂੰ ਜੈਸਾ ਸੁਣਿਆ ਸੁਣਾਵਾਂ ਹਾਲ ਜੀ। ਇੱਕ ਦਿਨ ਭਾਈ ਦਾਤਾ ਰਾਮ ਜੀ ਜਾਮਦਾ ਜਿੱਥੋਂ ਮਹਾਰਾਜ ਕਾਰਜ ਬਣਾਉਂਦਾ, ਕਿਸੋ ਰੰਡੀ ਛਿੰਬਣ ਦੇ ਨਾਲ ਹੋ ਗਈ ਬੋਲਚਾਲ ਜੀ, ਤੁਹਾਨੂੰ ਜੈਸਾ ਸੁਣਿਆ ਸੁਣਾਵਾਂ ਹਾਲ ਜੀ। ਕਿਸੋ ਰੰਡੀ ਛਿੰਬਣ ਦੇ ਨਾਲ ਕਹਿੰਦਾ ਹੋ ਗਈ ਬੋਲਚਾਲ ਜੀ, ਤੁਹਾਨੂੰ ਜੈਸਾ ਸੁਣਿਆ ਸੁਣਾਵਾਂ ਹਾਲ ਜੀ। ਉਹਦੇ ਕਹਿੰਦੀ ਉਹ ਮੈਨੂੰ ਐ, ਮੈਂ ਤਾਂ ਬੱਚਾ ਬਾਲ ਬੱਚਾ ਹੋਣ ਦੀ ਦੇਮਣਾ ਪੜੂਗਾ ਜ਼ਿਮੀਂਦਾਰ ਨੂੰ, ਕਹਿੰਦੀ ਤੈਨੂੰ ਹਿੱਸੇ ਪੈਂਦਾ ਮਾਲ ਜੀ, ਤੁਹਾਨੂੰ ਜੈਸਾ ਸੁਣਿਆ ਸੁਣਾਵਾਂ ਹਾਲ। ਜਿਹੜੀ ਦਵਾਤ ਕਰੀ ਨਾਰ ਨੇ ਸੋਈ ਮਨਜ਼ੂਰ ਕਰੀ ਜ਼ਿਮੀਂਦਾਰ ਨੇ, ਸੱਤਵੇਂ ਮਹੀਨੇ ਆ ਕੇ ਪੈਦਾ ਹੋ ਗਿਆ ਬਾਲ ਜੀ, ਤੁਹਾਨੂੰ ਜੈਸਾ ਸੁਣਿਆ ਸੁਣਾਵਾਂ ਹਾਲ ਜੀ। ਧਾਰਿਆ ਜਨਮ ਹਰ ਫੂਲ ਸਿੰਘ ਸ਼ੇਰ ਨੇ, ਮਾਰ ਜੀ ਨੇ ਸੈਂਕੜੇ ਕਸਾਈ ਗੇਰ ਨੇ। ਉਦੋਂ ਪਿੱਛੋਂ ਇੱਕ ਭਾਈ ਲੜਕੀ ਹੋਈ, ਉਹਦਾ ਨਾਂ ਤਾਂ ਦਾਤਾ ਰਾਮ ਮਰ ਗਿਆ, ਨਾਲੇ ਮਰ ਗਈ ਤੀ ਉਹ ਤਾਂ ਛੋਟ ਜਦੋਂ ਹੋਇਆ ਮਰ ਗਏ, ਛੋਟੇ ਛੋਟੇ ਰਹਿ ਗਏ, ਉਹ ਤਾਂ ਉਹ ਹੋਇਆ ਤਕੜਾ ਹੋ ਗਿਆ ਜਦੋਂ, ਉਹ ਤਾਂ ਕਹਿੰਦਾ ਮੈਂ ਨੌਕਰ ਵੱਗ ਗਿਆ, ਨੌਕਰ ਗਿਆ ਹੋਇਆ ਭਾਈ, ਉਹ ਤਾਂ ਉਹ ਕਰਿਆ ਅਤੇ ਉਹ ਨੌਕਰੀ 'ਚ ਗਿਆ ਜਦੋਂ। ਉਦੋਂ ਬਾਅਦ ਉਹ ਕਹਿੰਦੇ ਵੀ ਆਪਾਂ ਮੰਗ ਇਹਦੀ ਵਿਆਹ ਲੈਂਦੇ ਹਾਂ, ਇਸੇ ਦੀ ਮੰਗ ਵੱਟੇ ਸੱਟੇ ਨਾ ਮੰਗ ਲੈਂਦੇ ਹਾਂ। ਵੱਟੇ ਸੱਟੇ ਨਾ ਮੰਗ ਕੇ ਜਦੋਂ ਉਹਨੇ ਵੱਟੇ ਸੱਟੇ ਨਾ ਮੰਗ ਕੇ ਉਹ ਢਾਬੀਏ ਮੰਗ ਲਿਆ, ਉਹ ਢਾਬੀਏ ਮੰਗਿਆ ਹੋਇਆ ਉਹ ਜਦੋਂ ਗਿਆ ਉਹ ਤਾਂ ਉਦੋਂ ਬਾਅਦ ਉਹ ਮੰਗ ਮੁੱਕਰ ਗਿਆ। ਉਹ ਕਹਿੰਦਾ ਮੈਂ ਨਹੀਂ ਛਿੰਬਣ ਦੇ ਪੁੱਤ ਨੂੰ ਸਾਖ ਦਿੰਦਾ, ਦਾਤਾ ਰਾਮ ਨੇ ਕਿਹਾ ਅਹੰਕਾਰ ਹੈ ਜੀ। ਉਹ ਆਇਆ ਜਦੋਂ ਕਹਿੰਦਾ ਵੀ ਤੂੰ ਭਾਈ ਵਗ ਜਾ ਕੇ, ਉਹ ਤਾਂ ਮੁੱਕਰ ਗਿਆ ਦਾਤਾ ਰਾਮ। ਫੂਲ ਕਹਿੰਦਾ ਢਾਬੀਆਂ ਨੂੰ ਜਾਵੇ ਜਾ ਕੇ ਸੀਸ ਭੈਣ ਕੋ ਨਵਾਵੇ ਵਖਤ ਸਿਆਮ ਦੇ, ਵੱਟੇ ਸੱਟੇ ਨਾ ਮੰਗਿਆ ਤੀ ਉਹ ਧਾਰ ਕਹਿੰਦਾ ਵੱਟੇ ਸੱਟੇ ਨਾ ਮੰਗਿਆ ਤੀ। ਫੁੱਲ ਢਾਬੀਆਂ ਨੂੰ ਜਾਵੇ ਸੀਸ ਭੈਣ ਕੋ ਨਵਾਵੇ ਵਖਤ ਸਿਆਮ ਦੇ, ਮਿੱਤਰ ਪਿਆਰੇ ਸਭ ਮਿਲਣ, ਕਰਦੇ ਠਰੋਲੀ ਦਾਰੂ ਬੋਤਲ ਸੀ ਖੋਲੀ, ਪਾਸ ਆਣ ਭੂਰੋ ਬੋਲੀ ਵੇ ਬਾਤਾਂ ਮਨ ਮੇਰੀਆਂ, ਮੈਂ ਦਿਨ ਰਾਤ ਕਰਦੀ ਉਡੀਕਾਂ ਤੇਰੀਆਂ, ਨਾਭੇ ਵਾਲੇ ਵਿਆਹੀ ਮੈਂ ਤੁਸਾਂ ਦੀ ਮੰਗ ਨਾਲੇ, ਦਮਾਂ ਨਾਲੇ ਖੰਘ ਨਾਲੇ ਕਾਲਾ ਭੂੰਡ ਦਰੰਗ, ਢਾਈ ਬੈਠਾ ਢੇਰੀਆਂ ਦਿਨ ਰਾਤ ਕਰਦੀ ਉਡੀਕਾਂ ਤੇਰੀਆਂ, ਮੈਨੂੰ ਆਪਦੀ ਸੁਣਾ ਦੇ, ਮੇਰਾ ਭਰਮ ਮਿਟਾ ਦੇ, ਮੇਰੇ ਤਪਦੀ 'ਤੇ ਪਾਣੀ ਪਾ ਦੇ, ਚੱਲੂ ਤੇਰੇ ਨਾਲ ਮੈਂ ਲਾਲੜੀ ਨੇ ਟੋਲਿਆ ਸੋਭੀ ਨਾਲ, ਮੈਂ ਤੇਰਾ ਮੇਰਾ ਰਹੇ ਮੇਲਾ ਰਹੇ, ਆਤਮਾ ਸਖੇਲਾ ਜਿਹੜਾ ਪੂਰਨ ਦਾ ਚੇਲਾ, ਮੈਂ ਵੀ ਉਹਦੀ ਚੇਰੀ ਹਾਂ ਦਿਨ ਰਾਤ ਕਰਦੀ ਉਡੀਕਾਂ ਤੇਰੀਆਂ। ਭੂਰੋ ਬਾਤਾਂ ਕਰ ਰਹੀ ਫੂਲ ਸਿੰਘ ਦੇ ਨਾਲ, ਦੇਖ ਕੇ ਪਿਤਾ ਉਸਦਾ ਲੱਗਿਆ ਕੱਢਣ ਗਾਲ, ਦੇਖ ਦਾਤਾ ਰਾਮ ਭੂਰੋ ਤਾਂ ਹੀ ਘੂਰਦਾ, ਕੁੜੀਏ ਨਹੀਂ ਚੱਜ ਫੜ ਲੈ ਸੂਰ ਦਾ, ਫੂਕ ਦਿੱਤੀਆਂ ਧੀਏ ਮੇਰੀਆਂ ਨਹੀਂ ਹੱਡੀਆਂ, ਪਿੰਡ ਵਿੱਚ ਤੈਨੀ ਨਹੀਂ ਕਸੂਰਾਂ ਛੱਡੀਆਂ, ਤੂੰ ਨਹਿ ਦੀ ਘੋੜੀ ਵਾਂਗ ਫਿਰੇ ਟੱਪਦੀ ਕੱਲ੍ਹ ਦੀ, ਕੋਲੋਂ ਹਰ ਫੂਲ ਦੋ ਜ਼ਮੀਨ ਹੱਲਦੀ, ਧੀਆਂ ਭੈਣਾਂ ਤੱਕਦਾ ਹਰਾਮ ਖਾਣਿਆ, ਵਗ ਜਾ ਜਲਾਣੀ ਨੂੰ ਜੁਹਾਨੋਂ ਜਾਣਿਆ, ਦੋ ਦਿਨ ਰਹਿ ਕੇ ਢਾਬੀ ਹੋਇਆ ਫੂਲ ਰਵਾਨ, ਚੜ੍ਹਤ ਮਤਾਣੋ ਰੇੜ 'ਤੇ ਬੜਿਆ ਜਲਾਣੀ ਆਣ। ਉਦੋਂ ਬਾਅਦ ਜਦ ਫਿਰ ਉਹ ਨੌਕਰੀ 'ਚ ਵੱਗ ਗਿਆ, ਉੱਥੇ ਫਿਰ ਉਹਨੇ ਪੰਜ ਪਲਟਣਾਂ 'ਚੋਂ 25 ਜਵਾਨ ਛਾਂਟ ਲਏ, ਲਿਕੜੇ ਬਣੀ ਲੋ ਵਿੱਚ ਕਿਹੜੀ ਸ਼ੇਰ ਜੀ ਬੁੱਕਦਾ ਬਥੇਰਾ ਰਿਹਾ ਨਾ ਇਹ ਟੋਰ ਪੇ, ਉਸ ਵੱਲ ਸਾਰੇ ਗੋਲੀਆਂ ਚਲਾਉਂਦੇ, ਲੰਘ ਗਈਆਂ ਗੋਲੀਆਂ ਲਵਾਉਂਦੀ ਸ਼ੇਰ ਦੇ, ਭੱਜ ਚੱਲੇ ਸਾਰੇ ਰਫਲਾਂ ਨੂੰ ਗੇੜਦੇ,
ਕੱਲੇ ਹੀ ਹਰ ਫੁੱਲ ਰਹਿ ਗਿਆ ਉਸਦੇ ਮਗਰ ਸ਼ੇਰ ਪੈ ਗਿਆ। ਕਹਿੰਦਾ ਆਦਿ ਦੀ ਭਵਾਨੀ ਹੁਣ ਰੱਖ ਲੈ ਪੁਰਾਣ ਕਾਂਗੜੇ ਦੀ ਰਾਨੀ, ਸ਼ੇਰ ਦੇ ਸ਼ਕੀਨ ਕਾਲਜੀ 'ਚ ਬਹਿ ਗਈ, ਡਿੱਗਿਆ ਧੜੰਮ ਦੇ ਕੇ ਢੇਰੀ ਢਹਿ ਗਈ। ਫਿਰ ਹਰ ਫੁੱਲ ਨੂੰ ਹੋਰ ਵੀ ਆਸਾਨ ਹੋਣ ਜੀ, ਸੂਰਮੇ ਮਗੇਰ ਹੱਥ ਦੇ ਖਿਲਾਵੇ ਕੌਣ ਜੀ। ਦੇਖਦਾ ਤੀ ਰਾਜਾ ਰਘਵੀਰ ਜੀ, ਸੂਰਮੇ ਨੇ ਦਿੱਤਾ ਜਦ ਸ਼ੇਰ ਚੀਰ ਜੀ, ਫਿਰ ਹੋਰ ਨੂੰ ਹੋਰ ਵੀ ਆਸਾਨ ਆਉਣ ਜੀ। ਕਹਿੰਦਾ ਸੂਰਮੇ ਬਗੇਰ ਹੱਥ 500 ਰੁਪਈਆ ਨਿਆਮ ਇੱਕ ਉਹਨੂੰ ਰਫਲ ਬਖਸ ਤੀ। ਉੱਥੋਂ ਆ ਕੇ ਫਿਰ ਉਹ ਨੌ ਕਟਾ ਕੇ ਇੱਥੇ ਆਪਦੇ ਪਿੰਡ ਆ ਗਿਆ। ਇੱਕ ਸਾਲ ਉਹਨੇ ਭਾਈਆਂ ਦੇ ਨਾਲ ਕਰੀ ਖੇਤੀ, ਦੂਏ ਸਾਲ ਨੂੰ ਫੁੱਲ ਅੱਡ ਹੋਣ ਦੀ ਦਲੀਲ ਧਾਰਦਾ ਜੀ। ਕਹਿੰਦਾ ਵੰਡ ਦਿਓ ਤਾਂ ਹੈ ਮੇਰੀ ਘਰ 'ਤੇ ਜ਼ਮੀਨ ਦੀ। ਉਹ ਦਾਤਾ ਰਾਮ ਕਹਿੰਦਾ ਜਦੋਂ ਸਾਡੇ ਬਾਪ ਨੇ ਸਾਡੀ ਮਾਂ ਲਿਆਂਦੀ ਤੀ, ਤੂੰ ਤਾਂ ਮਗਰ ਆਇਆ ਤੀ, ਪਤਾ ਨਹੀਂ ਤੇਰੇ ਦੀਨ ਦਾ ਹੋਏ। ਅਸੀਂ ਜਾਟ, ਤੂੰ ਸੀਂਬਾ ਸਿੰਘ ਨੇ ਮੂਹਰੇ ਬਣਦਾ ਕੀ ਟੀਨ ਦਾ ਹੋਏ, ਕੋਲੋਂ ਹਾਮੀ ਭਰਤੀ ਲੰਬਰਦਾਰ ਨੇ। ਮੁਗਲੂ ਮਕੰਦਾ ਕਹਿੰਦਾ ਪੰਜ ਤਿੰਨੇ ਮਾਰਨੇ, ਨਾਲੇ ਲੈ ਜੂੰਗਾ ਚਰਾ ਕੇ ਟੇਰ ਜੀ, ਪਰ ਚਾਣ ਚੱਕ ਛੇੜ ਲਿਆ ਕਸੂਤਾ ਵੇਰ ਜੀ। ਔਖਾ ਹੈ ਭਾਈ ਆਪਦਾ ਹਿਸਮ ਛੱਡਣਾ, ਬੱਸ ਦਾ ਸਰੀਕ ਘਰਾਂ ਵਿੱਚੋਂ ਕੱਢਣਾ, ਸਖੇ ਭਾਈ ਬਣ ਬਹਿ ਕੇ ਗੈਰ ਜੀ, ਚਾਣ ਚੱਕ ਛੇੜ ਲਿਆ ਕਸੂਤਾ ਵੇਰ ਜੀ। ਗਾਹਾਂ ਘੋੜੀ ਚੜ੍ਹਦੀ ਲੰਬਰਦਾਰ ਦੀ, ਫੂਲ ਨੇ ਲੈਣੀ ਫੜ ਕੇ ਦਲੀਲ ਧਰ ਜੀ, ਚੜ੍ਹ ਗਿਆ ਘੋੜੀ ਉੱਤੇ ਧਰ ਪੈਰ ਜੀ, ਚਾਣ ਚੱਕ ਛੇੜ ਲਿਆ ਕਸੂਤਾ ਵੈਰ ਜੀ। 3-4 ਦਿਨਾਂ ਵਿੱਚ ਘੋੜੀ ਕੀਤੀ ਗਰਾ ਗਾਪ ਜੀ, 4th ਦਿਨ ਘਰੇ ਆ ਗਿਆ ਤੀ ਆਪ ਜੀ। ਜੀਂਦ ਵਿੱਚ ਪਹੁੰਚਿਆ ਲੰਬਰਦਾਰ ਜੀ, ਚੜ੍ਹ ਕੇ ਲਿਆ ਉਹਦੀ ਉਡਨ ਥਾਣੇਦਾਰ ਜੀ, ਫੜ ਥਾਣੇਦਾਰ ਫੁੱਲ ਨੂੰ ਕੁੱਟਣ ਡਹਿ ਗਿਆ, ਬੱਚੋ ਬੱਚਾ ਕਹੇ ਘੋੜੀ ਫੁੱਲ ਲੈ ਗਿਆ, ਨਗਰ ਜਲਾਣੀ ਵਿੱਚ ਸੋਰ ਪੈ ਗਿਆ, ਮੰਜੇ ਹੇਠਾਂ ਹੱਥ ਦੱਬ ਲੈਣ ਫੁੱਲ ਦੇ, ਕੁੱਟਣ ਚਪਾਹੀ ਨਾਲ ਫੜ ਰੂਲ ਦੇ, ਇੱਕ ਉੱਤੇ ਬਹਿ ਕੇ ਕੁੱਟੇ ਥਾਣੇਦਾਰ ਜੀ, ਖੁਸ਼ੀ ਹੁੰਦੇ ਮੁਗਲੂ ਮਕੰਦਾ ਅਤੇ ਲੰਬਰਦਾਰ ਜੀ। ਲਿਆ ਕੇ ਦੇ ਤੂੰ ਚੀਜ਼ ਸਾਡੀ ਸਰਕਾਰ ਦੀ। ਫੁੱਲ ਕਹਿੰਦਾ ਚੋਰੀ ਤੇ ਨਾ ਮਾਰੀਏ ਅਸਾਂ ਜੀ ਧਾਰ ਜੀ, ਬੈਂਸ ਇਹਦੇ ਨਾਲ ਮੇਰੀ ਪੂਰੀ ਖਾਰ ਜੀ। 3-4 ਦਿਨ ਠਾਣੇ ਨੇ ਬਹੁਤ ਵੱਢਿਆ, 4th ਦਿਨ ਫੁੱਲ ਥਾਈ ਵਿੱਚੋਂ ਕੱਢਿਆ। ਜਦੋਂ ਠਾਣੇ ਨੂੰ ਕਹਿੰਦਾ ਥਾਣੇਦਾਰ ਨੂੰ ਕਹੇ ਹੱਥ ਜੋੜ ਕਰ ਹਰ ਫੁੱਲ, ਤੈਨੂੰ ਕਵੀ ਮਿਲੂੰਗਾ ਮੈਂ ਆਪ ਕੋ ਸਮਝੀ ਨਹੀਂ ਫਜ਼ੂਲ। ਉਹ ਲੰਬਰਦਾਰਾ ਕਰ ਦੂੰ ਕਾਰਾ ਬੈਰੀ ਰੇ, ਅਬਕਾ ਮੈਂ ਮਰਨ ਕਾ ਤੇਲ ਚੋਲਿਆ ਡਮਡੇਰੀ ਰੇ। ਜਦੋਂ ਆਇਆ ਘਰੇ ਛੁੱਟ ਕਰਕੇ ਮੁਗਲੂ ਮਕੰਦਾ ਉਸਨੂੰ ਗਾਲਾਂ ਸੁਣਾਉਂਦੇ ਜੀ, ਤੂੰ ਲੰਬਰਦਾਰ ਦੀ ਲੈ ਗਿਆ ਕੱਢ ਘੋੜੀ, ਅਸੀਂ ਤੈਨੂੰ ਨਹੀਂ ਘਰੇ ਬਹਾਉਂਦੇ ਜੀ। ਮੁਗਲੂ ਮਕੰਦਾ ਦੋਵੇਂ ਭਾਈ ਡਾਂਗਾਂ ਵੀ ਪਕੜ ਕੇ ਮਾਰਨੇ ਨੂੰ ਧਾਮਦੇ ਜੀ। ਕ੍ਰੋਧ ਹੋਇਆ ਫਿਰ ਸੂਰਮਾ ਲੀਨੀ ਰਫਲ ਸਮਾਰ, ਚੰਡੀ ਮਾਤਾ ਕਾਲਕਾਂ ਲਈ ਦੇ ਮੈਂ ਧਾਰ। ਮਾਰਿਆ ਦਗਾੜਾ ਮੁਗਲੂ ਦੇ ਸਿੰਨ ਕੇ, ਪਹਿਲੀ ਨਾਲ ਸਿੱਟ ਦਿੱਤਾ ਬਿੰਨ ਕੇ, ਦੂਜੀ ਨਾਲ ਕਰ ਗਿਆ ਮਕੰਦਾ ਕਾਲ ਜੀ। ਰੋੜਿਆ ਤੀ ਚਾਚਾ ਤੀਸਰੀ ਦੇ ਨਾਲ ਜੀ, ਬੇਰੀ ਪਾਸ ਬੈਠਾ ਤੀ ਲੰਬਰਦਾਰ ਜੀ, ਗੋਲੀ ਮਾਰ ਉਹਦਾ ਕੀਤਾ ਟੱਟੂ ਪਾਰ ਜੀ। ਚੱਲੋ ਹੁਣ ਮਾਸੜ ਦਾ ਡੰਡਾ ਡੁੱਕੀਏ, ਜਮਾਨਾ ਉੱਕੀਏ, ਨਾਲੇ ਖੇਲਾਂਗੇ ਪਿਆਰਿਆਂ ਨਾਲ ਤਾਂਸ ਜੀ, ਕਰਦੇ ਹਾਂ ਕਾਰੀ ਪੁਰਸ਼ਾਂ ਦਾ ਨਾਸ ਜੀ। ਤੰਬੂ ਵਾਲੇ ਪਿੰਡ ਦਾਣੇ ਕੱਢਦਾ ਸੀ ਦਾਤਾ ਰਾਮ ਜੀ, ਰਾਮ ਰਾਮ ਕੇ ਫਤਿਹ ਸੀ ਬਲਾਮ ਦਾ, ਕੱਢ ਕੇ ਪਿਸਤੌਲ ਵਿੱਚ ਗੋਲੀ ਪਾਵਾਂ ਦਾ ਦੜਕ ਦੇ ਕੇ ਮੱਸੜ ਦੇ ਇੱਕ ਵਿੱਚ ਲਾਉਂਦਾ, ਆਪਦੇ ਘਰੇ ਦਾ ਫਲ ਦਾਤਾ ਰਾਮ ਪਾ ਗਿਆ। ਹੁਣ ਕਹਿੰਦਾ ਬੇੜਾ ਚੱਕੀਏ ਧਰਮ ਦੀ ਕਾਰ ਉੱਤੇ, ਜਾਨੋ ਮਾਰੀਏ ਗਊਆਂ ਦੇ ਬੈਰੀਆਂ ਨੂੰ ਲੱਕ ਬੰਨਿਆ ਜਿਹਨੇ ਇਸ ਵਪਾਰ ਉੱਤੇ, ਕਤਲ ਗਊਆਂ ਦੀ ਹੋਣ ਦੀ ਬਹੁਤ ਜ਼ਿਆਦੇ, ਰੋਜ਼ ਚੱਲਦੀਆਂ ਤਲਵਾਰ ਦੀ ਧਾਰ ਉੱਤੇ, ਕੁਝ ਚਿਰ ਜੇ ਰਿਹਾ ਸਰੀਰ ਕਾਇਮ ਮੇਰਾ ਮੈਂ ਵਕਤ ਪਾਉਂ ਕਸਾਈਏ। ਜਾਣੋ ਹਰ ਫੁੱਲ ਦਾ ਖਰਚ ਮੁੱਕਿਆ, ਖੋਸਲੇ ਰੁਪਈਏ 12ਵੀਂ ਜਮਾਂ ਨਹੀਂ ਫੁੱਕਿਆ, ਖੇਰੀ ਸੋਹਣਾ ਵਾਲੀ ਨਾਰ ਮੈਨੂੰ ਦੇ ਦੇ ਤੂੰ ਉਧਾਰ, ਤੇਰੇ ਮੋੜ ਦੇ ਮੈਂ ਸਾਰੇ ਪਤਾ ਪੁੱਛ ਲਿਆ ਸਾਰਾ ਜੀ। ਫੁੱਲ ਸਿੰਘ ਹੈਗਾ ਵੀ ਵਿਚਾਰਾ ਜੀ, ਜੈਲਦਾਰ ਬੱਗੀ ਘੋੜੀ ਵਾਲਾ ਹੱਠ, ਸੂਰ ਜੱਟਾ ਉਹ ਚੰਡਾਲਾ ਘੇਰ ਲਈ ਕੰਮ ਨਹੀਂ, ਸੂਰਮਾ ਅਤੇ ਸ਼ੇਰ ਖਾਮ ਦਿਨ ਹਰਾਮ ਨਹੀਂ। ਨਾਰ ਦਿੱਤੀ ਛੱਡ ਪਸਤੌਲ ਲਿਆ ਕੱਢ, ਤੇਰੇ ਫੂਕਦੇ ਨੇ ਹੱਡ, ਤੈ ਮੈਂ ਤਕਾਇਆ ਕੌਣ ਰੇ, ਲੱਗਿਆ ਸੂਰਾਂ ਦੇ ਵਿਛਾਉਣੇ ਲੱਗਿਆ ਵਿਛਾਉਣ ਰੇ, ਜੈਲਦਾਰ ਹੱਥ ਬੰਨੇ ਆਲਾ ਪੌਂਡਾ ਚੁੱਪ ਗੰਨੇ ਦੇਈ, ਜਾਨੋ ਮਾਰਨਾ ਬੱਚਾ ਬੱਚੀ ਜਾਣ ਕੇ ਰਹਿਮ ਧਾਰਨਾ, ਘੋੜੀ ਫੜ ਕੇ ਜੈਲਦਾਰ ਦੇ ਦਿਓ ਮਾਰੇ ਕੰਨ 'ਤੇ ਜਾ, ਕੰਨ ਸਿੰਘ ਭੱਜਾ।
ਜਾ ਕੇ ਭਾਈ ਹੁਣ ਕਹਿੰਦਾ ਬੇੜਾ ਚੱਕੀਏ ਧਰਮ ਦੀ ਕਾਰ ਉੱਤੇ, ਜਾਨੋਂ ਮਾਰੀਏ ਗਊਆਂ ਦੇ ਬੈਰੀਆਂ ਨੂੰ, ਲੱਕ ਬੰਨਿਆ ਜਿਹਨੇ ਇਸ ਵਪਾਰ ਉੱਤੇ। ਕਤਲ ਗਊਆਂ ਦੀ ਹੋਮ ਦੀ ਬਹੁਤ ਜ਼ਿਆਦਾ ਰੋਜ਼ ਚੱਲਦੀਆਂ ਤਲਵਾਰ ਦੀ ਧਾਰ ਉੱਤੇ, ਕੁਝ ਚਿਰ ਜੇ ਰਿਹਾ ਸਰੀਰ ਕਾਇਮ ਮੇਰਾ, ਮੈਂ ਵਕਤ ਪਾਊਂ ਕਸਾਈ ਹਜ਼ਾਰ। ਹਰ ਫੂਲ ਪਹੁੰਚਿਆ ਜਾ ਕੇ ਫਿਰ ਪਾਣੀ ਪੱਤ ਕਰਨ ਵਾਲਾ, ਠੰਡੀ ਪਾਈ ਬਗੇ ਪੂਰੇ ਦੀ ਪਾਉਣ, ਚਾਰ ਕਸਾਈ ਬੁੱਢੀਆਂ ਗਾਈਆਂ ਬੁੱਢੇ ਵਿਹਲ ਲਈ ਆਉਣ। ਫੂਲ ਅੱਗੇ ਹੋ ਕੇ ਕਹਿੰਦਾ ਮੀਆਂ ਜੀ ਸਲਾਮ ਜੀ, ਗਊਆਂ ਦਿਓ ਛੱਡ ਮੇਥੋਂ ਲੈ ਲਓ ਦਾਮ ਜੀ, ਇੱਕ ਇੱਕ ਲੱਗਿਆ ਦੋ ਦੋ ਲੈ ਲਓ, ਦੋ ਦੋ ਲੱਗੇ ਲੈ ਲਓ ਚਾਰ, ਜਿਹੜਾ ਮਾਲ ਲੱਗਿਆ ਲੈ ਲਓ ਦੁੱਗਣਾ, ਗੋਲੀ ਮੂਹਰੇ ਤੁਹਾਡਾ ਫੇਰ ਨਿਊਜ਼ਰ ਪੁੱਗਣਾ। ਉਹ ਕਹਿੰਦੇ ਹਮ ਨਹੀਂ ਗਊਆਂ ਵੇਚਦੇ, ਹਮ ਨਾ ਕਰੀਏ ਟਾਲਾ, ਹਾਥੇ ਵਿੱਚ ਲਿਜਾਵਾਂਗੇ ਪਾਣੀ ਪੱਤ ਕਰਨ ਵਾਲਾ। ਅਸਾਂ ਨੇ ਕਹਿੰਦਾ ਧਰਮ ਵਾਲੀ ਪੱਖ ਪੂਰਨੇ, ਗਊਆਂ ਨੂੰ ਛਡਾਮਣਾ ਭੱਜਣਾ ਜ਼ਰੂਰੀ ਨੇ, ਹੁਣ ਮੈਂ ਆਪਦੇ ਉਜਰ ਗਊਆਂ ਨੂੰ ਛਡਾ ਦੂੰਗਾ, ਜਿਉਂਦਾ ਰਿਹਾ ਹਾਥੇ ਬੰਦ ਕਰਵਾ ਦੂੰਗਾ। ਹੁਣ ਤੁਹਾਡੀ ਜਾਨ ਜਾਊ ਭਾਣੇ ਭੰਗ ਦੇ, ਸ਼ੇਰਾਂ ਮੂਹਰੇ ਗਿੱਦੜ ਕਦੇ ਨਹੀਂ ਖੰਘਦੇ, ਚੂਹਾ ਭੱਜ ਜਾਵੇ ਜਿਵੇਂ ਡਰਦਾ ਬਲਾਈ ਤੋਂ, ਥਰ ਥਰ ਕੰਮੇ ਜਿਵੇਂ ਬੱਕਰਾ ਕਸਾਈ ਤੋਂ, ਹੁਣ ਮੈਂ ਆਪਦੇ ਉਜਰ ਗਊਆਂ ਨੂੰ ਛਡਾ ਦੂੰਗਾ, ਜਿਉਂਦਾ ਰਿਹਾ ਹਾਥੇ ਬੰਦ ਕਰ ਦਵਾ ਦੂੰਗਾ। ਪਹਿਲੀ ਗੋਲੀ ਦਿੱਤਾ ਇੱਕ ਬਿੰਨ ਜੀ, ਹਾਏ ਹਾਏ ਕਰਦੇ ਫਿਰਨ ਤਿੰਨ ਜੀ, ਦੂਜਾ ਕੱਢੇ ਹਾੜੇ, ਤੀਜਾ ਪਾਵੇ ਵਾਸਤੇ, ਚੌਥਾ ਕਹੇ ਰੱਬ ਦੀ ਮਿਹਰ ਕਰੀ ਦੱਸਤੇ, ਮਾਰ ਮਾਰ ਗੋਲੀਆਂ ਚਾਰੇ ਮਾਰਤੇ, ਕੋਲੋ ਕੋਲੀ ਪਾ ਕੇ ਉੱਤੇ ਖੇਸ ਤਾਂ ਉੱਤੇ ਗਾਹਾਂ। ਫਿਰ ਇੱਥੇ ਗੰਗਾਣਾ ਸਮਾਣੇ ਦੇ ਲਵੇ, ਛੋਟਾ ਜਿਹਾ ਪਿੰਡ ਗੰਗਾਣਾ ਹੈ, ਉੱਥੇ ਦਾ ਕਾਂਸੂ ਖਾਨ ਰੰਗਰ ਢੱਠਾ ਲੈ ਗਿਆ ਮੱਲੋ ਮੱਲੀ ਪਕੜ ਕੇ, ਉਹਨਾਂ ਨੇ ਗੂੰਗਾਂ ਵੀ ਛਡਾਉਣ ਲੱਗਾ, ਹਰ ਫੁੱਲ ਨੂੰ ਚਿੱਠੀ ਲੈ ਕੇ ਭੇਜਿਆ। ਉਹ ਕਹਿੰਦੇ ਵੀ ਕਹਿੰਦਾ ਜੋਧਾ ਰਾਮ ਆਥਣ ਤਾਂ ਹੀ ਭੁਕਾਈ ਕਰੀ ਗਿਆ, ਭਲਾ ਟਾਕੂਆਂ ਦਾ ਕਿਹੜਾ ਟਾਈਮ ਹੁੰਦਾ ਜਦੋਂ ਆਥਣ ਨੂੰ ਮੁੜਨ ਲੱਗਿਆ, ਇੰਨੇ ਵੀ ਹਰ ਫੁੱਲ ਵੀ ਆਉਂਦਾ ਘੋੜਾ ਡੱਕਰੀ, ਰਾਮ ਰਾਮ ਕਹਿ ਕੇ ਖਤ ਉਸ ਨੂੰ ਪਕੜਾ ਤਾ। ਕੋਈ ਨਹੀਂ ਕਹਿੰਦਾ 10-20 ਦਿਨ ਮੈਂ ਉਸ ਕਾ ਨਸ਼ਟ ਮਿਲਾ ਦੂੰਗਾ, ਨਹੀਂ ਗਊ ਮਾਤਾ ਕੇ ਖਤਰ ਆਪਕਾ ਸੀਸ ਲਗਾ ਦੂੰਗਾ, ਹੋਰ ਤਾਂ ਉੱਥੇ ਕੋਈ ਗੱਲ ਨਹੀਂ। ਚਲੋ ਕਹਿੰਦਾ ਕਸੂ ਖਾਨ ਦੇ ਪਿੰਡ ਚੱਲੀਏ, ਦੇਖ ਲਈਏ ਡਾਂਗ ਵਿੱਚ ਕੈਸਾ ਹੈ ਸ਼ਹਿਰ, ਮੈਂ ਖਾਗੜਾਂ ਦਾ ਵੈਰੀ ਦੇਣਾ ਅੱਜ ਮਾਰ, ਮੈਂ ਹਰ ਫੁੱਲ ਬਹਿ ਗਿਆ ਵਿੱਚ ਜੋਜ ਮਾਰ ਦੇ, ਕੌਣ ਦੇ ਬੇਟਾ ਵਾਲਾ ਭਾਈ ਭਾਣੇ ਕਰਤਾਰ ਦੇ, ਚੰਦ ਖਾਂ ਹੈ ਵੀਰ ਉਹਦਾ ਹਲ ਬਾਮ ਦਾ, ਰੋਟੀ ਲੈ ਕੇ ਕਾਂਸੂ ਖਾਨ ਉਸ ਦੀ ਜਾਮ ਦਾ। ਕਾਂਸੂ ਖਾਨ ਰੋਟੀ ਲੈ ਕੇ ਚੱਲਿਆ ਵੀਰ ਦੀ ਘਰਾਂ ਤੋਂ, ਮੈਂ ਪਟਲੀ ਕਦਮ ਅਖੀਰ ਦੀ, ਮੁੜ ਕੇ ਟਿਕਾਣਾ ਨਹੀਂ, ਆ ਕੇ ਪੈ ਰਿਹਾ ਇਸ ਵਾਰ, ਮੈਂ ਖਾਗੜਾਂ ਦਾ ਬੈਰੀ ਦੇਣਾ ਅੱਜ ਮਾਰ। ਜਦੋਂ ਲੱਭਣ ਦੀ ਟੱਪੜਾ ਕਹਿੰਦਾ ਕਾਂਸੂ ਖਾਨ ਤਕੜਾ ਹੋ ਲੈ, ਰੋਟੀਆਂ ਟਕਾ ਕੇ ਲੈ ਲਈ ਓਟ ਬੱਟ ਦੀ, ਹੋਮ ਦੀ ਲੜਾਈ ਰੰਗੜ ਅਤੇ ਜੱਟ ਦੀ, ਕਾਂਸੂ ਨੇ ਚਲਾਈ ਲਾਠੀ ਜਾਵੇ ਧਰਤੀ ਨੂੰ ਚੱਟ ਦੀ, ਹੋਮ ਦੀ ਲੜਾਈ ਰੰਗੜ ਅਤੇ ਜੱਟ ਦੀ, ਅੱਜ ਦੇਖੂ ਤੇਰੇ ਵੱਲ ਪਿਸਤੌਲ ਦਾ, ਧਮਕੀ ਨਾ ਖਾਵੇ ਕਾਂਸੂ ਨਹੀਂ ਚਵਲ ਦਾ, ਸੋਟੇ ਮੂਹਰੇ ਦੱਸ ਪੇਸ ਕੀ ਹੈ ਮੱਟ ਦੀ, ਹੋਮ ਦੀ ਲੜਾਈ ਰੰਗੜ ਅਤੇ ਜੱਟ ਦੀ। ਹਰ ਫੁੱਲ ਨੇ ਮਾਰੀ ਗੋਲੀ ਭੰਨ ਦਿੱਤੀ ਹੱਡੀ ਪੱਟ ਦੀ, ਹੋਮ ਦੀ ਲੜਾਈ ਰੰਗੜ ਅਤੇ ਜੱਟ ਦੀ, ਦੂਜੀ ਗੋਲੀ ਫੁੱਲ ਛਾਤੀ ਵਿੱਚ ਮਾਰਦਾ, ਕਾਂਸੂ ਖਾਨ ਡਿੱਗ ਪਿਆ ਲਲਕਾਰਦਾ, ਹੈ ਨਹੀਂ ਮਾਏ ਹਿੰਡਬੂਰੀ ਹੈ ਸੂਰ ਜੱਟ ਦੀ, ਹੋਮ ਦੀ ਲੜਾਈ ਰੰਗੜ ਅਤੇ ਜੱਟ ਦੀ, ਚੰਦ ਖਾਂ ਹੈ ਵੀਰ ਉਹਦਾ ਹਲ ਬਾਮ ਦਾ, ਸੁਹਾਗਿਆ ਡੰਡਾ ਲੈ ਕੇ ਉਹਨਾਂ ਬੂਹੇ ਆਉਂਦਾ, ਦੋ ਦੇ ਠੋਕੀਆਂ ਦੋਵੇਂ ਪਾ ਕੇ ਉੱਥੋਂ ਦੀ ਖੇਸ ਤਣ ਕੇ ਗਾਂ ਵਾਗਿਆ। ਉੱਥੋਂ ਜਾ ਕੇ ਕਹਿੰਦਾ ਹੁਣ ਛੋਟੋ ਕਹਿੰਦਾ ਮੇਰੀ ਭੈਣ ਨੂੰ ਘੂਰੇ ਠਾਣੇਦਾਰ, ਫੁੱਲ ਢਾਬੀਆਂ ਜਾਣ ਦੀ ਦਲੀਲ ਧਾਰਦਾ, ਮਿਲਿਆ ਸੈਂਕਲ ਇੱਕ ਸ਼ਾਹੂਕਾਰ ਦਾ, ਘੋੜੀ 150 ਦੀ ਲਾਲੇ ਨੂੰ ਫੜਾ ਆਉਂਦਾ, ਆਪ ਸੈਂਕਲ ਦੇ ਉੱਤੇ ਚੜ੍ਹ ਜਾਂਦਾ, ਜਾ ਕੇ ਉਹਨੂੰ ਆਪਦੇ ਭਣੋਈਏ ਨੂੰ ਕਹਿੰਦਾ, ਜੰਗ ਨੂੰ ਕਹਿੰਦਾ ਰੌਂਦ ਮੇਰੇ ਮੁੱਕੇ ਕੱਲ੍ਹ ਦੇ, ਰੌਂਦ ਲੈਣ ਨੂੰ ਕਿਸੇ ਨੂੰ ਘੱਲ ਦੇ। ਉਹਦੇ ਵੀ ਮਨ ਹੋ ਗਿਆ, ਕਹਿੰਦਾ 5,000 ਨਿਆਮ ਲੈ ਲੈਂਦੇ ਹਾਂ ਆਪਾਂ, ਇਹਨੂੰ ਫੜਾ ਦਿੰਦੇ ਹਾਂ। ਉੱਥੇ ਜਾ ਕੇ ਉਹ ਜਾ ਕੇ ਕਹਿੰਦਾ ਮੇਰੇ ਘਰ ਮੈਂ ਭੇਜ ਦੂੰ, ਘਰੋਂ ਚੱਲ ਕੇ ਢਾਬ ਕਰਨੀ ਤੁਸੀਂ ਬੈਠ ਜਾਓ ਦੜੇ ਨੂੰ, ਮਤਲਬ ਕਿ ਪਿੰਡ ਵਿੱਚ ਉਹਦੀ ਕੋਈ ਪੱਖ ਮੇਰ ਨਾ, ਹਰ ਫੁੱਲ ਜੈਸਾ ਕੋਈ ਦਿਲ ਦਾ ਦਲੇਰ ਨਾ। ਜਦੋਂ ਘਰੋਂ ਗਿਆ ਜਾ ਵੀ ਕਹਿੰਦਾ ਵਗ ਜਾ ਆਉਂਦਾ ਫਿਰ ਭੱਜਿਆ, ਕਹਿੰਦਾ ਵੀ ਆ ਜਾਓ ਪਹਿਲਾਂ ਤੁਸੀਂ ਵਾਰ ਕਰੋ ਸਾਰੇ ਸੀਸ ਹੱਥ ਧਰੋ, ਮਰਨ ਨੂੰ ਡਰੋ ਕਰ ਦਿਓ ਲੋਟ ਬੋਟ, ਪਹਿਲਾਂ ਤੁਸੀਂ ਆਪਦੀ ਚਲਾਓ ਛੋਟੇ। ਠੰਡਦਾਰ ਕਹਿੰਦਾ ਅਸੀਂ ਬਿਨਾਂ ਖੋਟ ਨਹੀਂ ਕਿਸੇ ਨੂੰ ਫੜਦੇ, ਅੱਧੇ ਦੀ ਟੱਪ ਜਾ। ਕਾਹਨੂੰ ਕਹਿੰਦਾ ਫਿਰ ਐਵੇਂ ਜੀਭਾਂ ਕੱਢੀਆਂ,
ਮਾਰ ਕੇ ਦਗਾੜਾ ਮੈਂ ਚੁਕਾ ਦੂੰ ਗੱਡੀਆਂ ਉੱਥੋਂ ਪਾਰ ਗਿਆ ਤਾਂ ਗਾਂ ਫਿਰ ਉਹਨੂੰ ਭਾਈ ਓਟ ਫੜਨ ਵਾਸਤੇ ਚੜ੍ਹ ਗਏ ਵੀ ਅਸੀਂ ਫੜਾਂਗੇ। ਹੁਣ ਕਹਿੰਦਾ ਆਪਾਂ ਓਟਾਂ ਦਾ ਹੰਕਾਰ ਢਾਲੀਏ, ਹੁਣ ਆਪਾਂ ਭੇਸ ਜੋਗੀ ਦਾ ਬਣਾ ਲਈਏ। ਜੋਗੀ ਨੂੰ ਕਹਿੰਦਾ ਕਿਤਾ ਬੀਨ ਦੇ ਦੇ, ਕਾ ਚੋਗਲਾ ਜਾ ਦੇ, ਤੂੰ ਆ ਰਫਲ ਲੈ ਕੇ ਇੱਥੇ ਬਹਿ ਜਾ ਕੇ ਉਹਨਾਂ ਨੇ ਬੀਨ ਨੂੰ ਬਜਾਵੇ, ਨਾਲੇ ਨੱਚ ਕੇ ਵਿਖਾਵਾਂਦਾ। ਬੋਲੀ ਬੋਲ ਰਿਹਾ ਪੂਰਬੀ ਭਦੌੜਦੀ, ਕੌਣ ਰੀਸ ਕਰੇ ਹਰ ਫੂਲ ਭੌੜਦੀ, ਲੱਗਿਆ ਵਜਾਉਣ ਬੀਨ ਪੂਰੇ ਤੌਰ ਦੀ। ਹੋ ਗਈਆਂ ਓਡਣੀਆਂ ਮਸਤ ਉਸਤੇ ਸਾਰੀਆਂ, ਡੁੱਲ ਗਈਆਂ ਫੂਲ ਉੱਤੇ ਵਿਹੀਆਂ ਅਤੇ ਕੁਮਾਰੀਆਂ। ਬੀਨ ਨੂੰ ਵਜਾਵੇ, ਨਾਲੇ ਮੱਚ ਨੱਚ ਕੇ ਵਿਖਾਵਾਂਦਾ। ਕਹਿੰਦਾ ਮੈਂ ਬੰਨੇ 'ਚ ਹਰ ਫੂਲ ਖੋਲਿਆ, ਇੰਨੀ ਗੱਲ ਸੁਣੀ, ਡੇਰੇ ਵਿੱਚੋਂ ਰੱਬ ਲੈ ਕੇ ਵਰਛੇ ਉੜਤਾ ਲਿਖੜੇ। ਕਹਿੰਦੇ ਸਾਨੂੰ ਦੱਸ, ਜਦੋਂ ਡੇਰੇ ਵਿੱਚੋਂ ਕੱਢ ਲਏ ਸੂਰਮੇ ਨੇ ਉੜ ਜੀ, ਮਾਰ ਮਾਰ ਗੋਲੀਆਂ ਲਵਾਤੀ ਉੜ ਜੀ, ਪਲ ਵਿੱਚ ਉੜ ਸੂਰਮੇ ਨੇ ਮਾਰਤੇ, ਜੋਗੀ ਪਾਸ ਜਾ ਕੇ ਕੱਪੜੇ ਉਤਾਰਤੇ ਅਤੇ ਭੱਜਣਾ ਬੋਥੇ 'ਤੇ ਲੈ ਕੇ ਨਾਲ ਬਾਜੀ ਕੇ ਰੋਹ ਆ ਗਿਆ। ਉਹ ਜਦੋਂ ਗਿਆ ਕਹਿੰਦਾ ਤੇਰਾ ਮੇਰਾ ਖਾਨ ਜੀ ਨਾ ਕੋਈ ਵੈਰ ਜੀ, ਕਾਹਦੇ ਪਿੱਛੇ ਝੱਕਦਾ ਕਸੂਤੀ ਖੈਰ ਜੀ, ਫੜ ਸੌਦਾ ਲੁੱਟ ਘਰ ਕੋ ਸੁਧਾਰਨਾ, ਮਿੱਠਦੀ ਕਿਸੇ ਤੋਂ ਭਾਵੀ ਹੋਣ ਹਾਰਨਾ। ਤੈਨੂੰ ਮਾਰ ਕੇ ਕਹਿੰਦਾ ਨੈ ਪਾਲੂ ਮੈਂ ਤਾਂ ਪੰਜਤਾਂ ਹਜ਼ਾਰ ਜੀ, ਹੱਕੀਆਂ ਦਾ ਹੱਕ ਰੱਖੇ ਸਰਕਾਰ ਨਾ, ਮਿੱਠਦੀ ਕਿਸੇ ਤੋਂ ਭਾਵੀ ਹੋਣ ਹਾਰਨਾ। ਮਿੱਠੂ ਨੇ ਚਲਾਈ ਗੋਲੀ ਭਰ ਕੇ, ਡਿੱਗ ਪਿਆ ਫੁੱਲ ਧਰਤੀ 'ਤੇ ਡਰ ਕੇ, ਫਿਰ ਹਰ ਫੁੱਲ ਆਪਦਾ ਪਸਤੌਲ ਚਲਾਮਲਾ। ਮਿੱਠੂ ਕਹਿੰਦੇ ਇੱਕ ਵਿੱਚ ਲਾਮਦਾ, ਦੂਜੀ ਮਾਰੀ ਗੋਲੀ ਬਾਜੀ ਗਿਰਦੇ, ਮਾਰ ਦਿੱਤੇ ਦੋਵੇਂ ਵਿੱਚ ਥੋੜ੍ਹੇ ਚਿਰ ਦੇ, ਕੋੜਮਾ ਕਬੀਲਾ ਸਭ ਰੋਣ ਡਹਿ ਗਿਆ, ਮਿੱਠੂ ਕਹਿੰਦੇ ਘਰੇ ਘਰ ਲਾਟ ਪੈ ਗਿਆ। ਫਿਰ ਉਹਨੇ ਜਾ ਕੇ ਢੁਆਣੇ ਪਰਚਾ ਲਾਤਾ ਨਾਰੇ ਖਾਂਦੇ ਜਾ ਕੇ, ਕਹਿੰਦਾ ਵੀ ਹੱਥਾਂ ਬੰਦ ਕਰਦੇ ਨੇ ਫੁੱਲ ਬਣਾ ਦੂੰ ਰੱਦ। ਉਹ ਕਹਿੰਦੇ ਰਾਜੇ ਜੇ ਹਰ ਫੁੱਲ ਨੂੰ ਮਾਰ ਦੇਵਾਂਗੇ, ਹਰ ਫੁੱਲ ਨੂੰ ਆ ਜੇ ਜੇ ਹੱਥੇ ਕੋਲ ਖੋਸ ਲਵਾਂਗੇ, ਉਸ ਦੀ ਦਮੂਕੜੀ ਨੂੰ ਖਲ ਲਾਵਾਂਗੇ ਪੁੱਠੀ ਤਾਰ ਕਰਕੇ। 24-25 ਕਿੱਸਾ ਹੀ ਲੈ ਕੇ ਇਕੱਠੇ ਗਊ ਨੂੰ ਫੜ ਕੇ ਚੱਲੇ। ਫੁੱਲ ਕਹਿੰਦਾ ਤੁਰਿਆ ਸਿਮਰ ਭਵਾਨੀ, ਉਹ ਮੈਂ ਗਊ ਮਾਤਾ ਦੀ ਜਾਨ ਬਚਾਉਣੀ, ਹੁਣ ਮਾਈ ਤੇਰੇ ਆਸਰੇ, ਕਰਦੇ ਹੰਕਾਰੀ ਪੁਰਸਾਂ ਦਾ ਨਾਸ, ਦਹੀਂ ਦੁੱਧ ਮਲਾਈ ਖਾਂਦੇ, ਹਲ ਜੋੜ ਬਾਹਰ ਨੂੰ ਜਾਂਦੇ, ਤੁਸੀਂ ਅਜੇ ਵੀ ਇਹਨਾਂ ਦਾ ਬੁਰਾ ਤਕਾਉਂਦੇ, ਮੰਨ ਲਓ ਮੇਰੀ ਬਾਤ ਰਹੋਗੇ ਚੰਗੇਰ ਜੀ, ਬੜਿਆ ਟੁਹਾਣੇ ਮੈਂ ਬਬਰ ਸ਼ੇਰ ਜੀ। ਉਹ ਕਹਿੰਦੇ ਕੱਟਿਆ ਬਾਣੀਆਂ ਤੈਂ ਕੀ ਧਾਰ ਲੈਣੀ, ਮਣਕਾ ਤੋੜ ਦੇਵਾਂਗੇ ਤੇਰੀ ਧੌਣ ਵਾਲਾ, ਕਿੱਧਰੋਂ ਆ ਗਿਆ ਤੂੰ ਗੂੰਗਾ ਛਡਾਉਣ ਵਾਲਾ, ਮੰਤਰ ਯਾਦ ਹੈ ਨਹੀਂ ਠੂਹਾਂ ਕੀਲਣੇ ਦਾ, ਕਿੱਥੋਂ ਆ ਗਿਆ ਸੁੱਤੇ ਤੂੰ ਰੂਹੀ ਦੇ ਡਾਂਗ ਜਗਾਉਣ ਵਾ, ਸਾਡੇ ਪਾਸੋਂ ਤੂੰ ਰਾਮ ਚੰਦਾ ਦੌੜ ਜਾ, ਬਚਨ ਆਤਮੇ ਦਾ ਕੰਨ ਚ। ਕਹਿੰਦਾ ਫਿਰ ਅਸਾਂ ਨੇ ਧਰਮ ਵਾਲੀ ਪੱਖ ਪੂਰਨੀ, ਗਊਆਂ ਨੂੰ ਛਡਾਉਣਾ ਮੈਂ ਭੱਜਣਾ ਜ਼ਰੂਰ ਨਹੀਂ। ਫੁੱਲ ਤੁਰਿਆ ਸਿਮਰ ਭਵਾਨੀ, ਹੁਣ ਗਊ ਮਾਤਾ ਦੀ ਜਾਨ ਬਚਾਉਣੀ, ਮਾਈ ਤੇਰੇ ਆਸਰੇ, ਕਰਦੇ ਹੰਕਾਰੀ ਪੁਰਸਾਂ ਦਾ ਨਾਸਰੇ। ਫੂਲ ਸਿੰਘ ਨੇ ਜਦ ਦੱਬਤੀ ਕਮਾਣੀ ਜੀ, ਝੱਟ 4-5 ਨੂੰ ਪਿਆ ਤਾਂ ਪਾਣੀ ਜੀ, ਪੈ ਗਿਆ ਅੰਧੇਰ ਜੀ, ਬੜਿਆ ਟੁਹਾਣੇ ਮੈਂ ਬਾਬਰ ਸ਼ੇਰ ਜੀ। ਫੂਲ ਸਿੰਘ ਨੇ ਮਾਰਤੇ 12 ਸਣੇ ਫੱਟੜ, ਸਮਝ ਲਓ 18, ਝੱਟ ਭੇਜਦਿਆਂ ਹਸਾਰ ਨੂੰ ਤਾਰਾਂ, ਪੈ ਗਿਆ ਅੰਧੇਰ ਜੀ, ਬੜਿਆ ਟੁਹਾਣੇ ਮੈਂ ਬਾਬਰ ਸ਼ੇਰ ਜੀ। ਟੋਭਾ ਪੱਟਦੇ ਮਜ਼ੂਰੀ ਕਰਦੇ, ਉਹ ਵੀ ਛੱਡ ਕੇ ਪੁੱਤਰਾਂ ਨੂੰ ਘਰਦੇ ਡਰਦੇ, ਨਾ ਕਿਸੇ ਦੀ ਮੇਰ ਜੀ, ਬੜਿਆ ਟੁਹਾਣੇ ਮੈਂ ਬਾਬਰ ਸ਼ੇਰ ਜੀ। ਹੁਣ ਕਹਿੰਦਾ ਦਿਨ ਕਹਿੰਦਾ ਛੋਟਾ ਰਹਿ ਗਿਆ ਭਾਈ, ਜਾਊਂਗਾ ਬੁਲਾਡੇ ਜਾਂਦਾ ਹੋਇਆ ਪੈ ਗਿਆ।